ਅੱਜ ਦੀ ਵੀਡੀਓ ਬਹੁਤਿਆਂ ਲਈ ਕੰਮ ਦੀ ਵੀਡੀਓ ਬਣ ਕੇ ਰਹਿ ਜੂਗੀ, ਕਿਉਂਕਿ ਜਿਹੜਾ ਇਹ ਵੀਰ ਨਾਲ ਗੱਲਬਾਤ ਕਰਾਂਗੇ, ਬਾਈ ਆਇਆ ਸੀ ਲਿੰਡਸੇ, ਜਿਹੜਾ ਕੈਂਪਸ ਆ ਨਾ ਪੀਟਰਬਰੋ ਵਾਲਾ, ਉੱਥੇ ਬਾਈ ਦੀ ਸਟੱਡੀ ਬਾਈ ਨੇ ਸਟਾਰਟ ਕੀਤੀ ਸੀ, ਨਹੀਂ ਹੋ ਸਕੀ ਉੱਥੋਂ ਵਿੱਚੋਂ ਛੱਡ ਕੇ, ਵਕੀਲਾਂ ਦੇ ਸਹਾਰੇ ਬੈਠਾ ਰਿਹਾ, ਨੁਕਸਾਨ ਹੋਣ ਤੋਂ ਬਚ ਗਿਆ, ਪਰ ਕਿਸਮਤ ਚੰਗੀ ਸੀ। ਉਹ ਤੋਂ ਬਾਅਦ ਬਾਈ ਵਿਨੀਪੈਗ ਮੂਵ ਹੋਇਆ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ, ਕਿਵੇਂ ਦਾ ਐਕਸਪੀਰੀਅੰਸ, ਲਿੰਡਸੇ ਵੱਲੋਂ ਫੀਸਾਂ ਦਾ ਕੀ ਬਣੇ ਆ, ਉਹਦੀ ਵੀ ਗੱਲਬਾਤ ਕਰਾਂਗੇ ਨਾ। ਅਤੇ ਬਾਈ ਨੇ ਹੁਣੇ ਹੁਣੇ ਬਾਈ ਪੀ ਆਰ ਹੋਇਆ, ਅਤੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ, ਕਿੰਨੇ ਕੁ ਚਿਰ 'ਚ ਵਿਨੀਪੈਗ 'ਚ ਪੀ ਆਰ ਹੋ ਜਾਂਦੀ ਆ, ਉਹਦੀ ਵੀ ਗੱਲਬਾਤ ਕਰਾਂਗੇ। ਚਲੋ ਜੀ, ਤੁਹਾਨੂੰ ਸਾਰਿਆਂ ਨੂੰ ਅੱਜ ਲੈ ਕੇ ਚੱਲਦੇ ਹਾਂ ਵਿਨੀਪੈਗ, ਮੈਨੀਟੋਬਾ ਪ੍ਰੋਵਿੰਸ ਦੇ ਅੰਦਰ ਆ ਜਾਂਦਾ, ਗੁਰਜੀਤ ਵੀਰ ਨਾਲ ਗੱਲਬਾਤ ਕਰਾਂਗੇ ਖੁੱਲ੍ਹ ਕੇ, ਅਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਅਤੇ ਹਾਂ, ਕੁਛ ਗੱਲਾਂ ਲੜ ਬੰਨ ਕੇ ਲੈ ਜਾਓ, ਕੰਮ ਆਉਣਗੀਆਂ। ਅਤੇ ਚਲੋ ਜੀ, ਕਰਦੇ ਹਾਂ ਗੱਲ ਬਾਈ ਨਾਲ, ਲੈਂਦੇ ਕਾਲ 'ਤੇ, ਆ ਜਾਓ ਸਾਰੇ। ਸੋ ਸਭ ਤੋਂ ਪਹਿਲਾਂ ਵੈਲਕਮ ਬਾਰੇ ਕਰਦੇ ਹਾਂ ਬਾਈ ਗੁਰਜੀਤ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਵੀਰੇ ਤੁਹਾਡਾ। ਤੇ ਬਾਈ ਜੀ, ਗੱਲ ਕਰਦੇ ਆ ਪਹਿਲਾਂ ਤੁਹਾਡਾ ਬੈਕਗ੍ਰਾਉਂਡ ਦੇ, ਨਾ ਪੰਜਾਬ ਤੋਂ ਕਿੱਥੋਂ? ਮੈਂ ਵੀਰੇ ਹੈਗਾ ਲੁਧਿਆਣਾ, ਆਪਣਾ ਸੀਗਾ ਜ਼ਿਲ੍ਹਾ ਵਾ, ਤੇ ਆਪਣਾ ਆਪਣਾ ਪਿੰਡ ਹੈਗਾ ਚੰਗਣਾ ਤੇ ਮੁੱਲਾਪੁਰ ਦੇ ਨਾਲ, ਹਨਾ। ਓਕੇ ਜੀ, ਤੇ ਕਦੋਂ ਆਏ ਸੀ ਬਾਈ ਕੈਨੇਡਾ ਫਿਰ? ਮੈਂ ਆਇਆ ਸੀਗਾ ਵੀਰੇ 2016 ਦੀ ਦਸੰਬਰ, ਮਤਲਬ ਆਪਣਾ ਸੀਗਾ ਬੈਚ 2017 ਦੀ ਜਨਵਰੀ, ਹਨਾ। ਓਕੇ ਓਕੇ, ਕਿਹੜਾ ਕਾਲਜ ਸੀ? ਮੇਰਾ ਕਾਲਜ ਸੀਗਾ ਫਲੈਮਿੰਗ ਕਾਲਜ, ਜਿਹੜਾ ਹੈਗਾ ਆਪਣੇ ਪੀਟਰਬਰੋ ਨਹੀਂ ਹੈਗਾ। ਓਕੇ ਓਕੇ, ਪੀਟਰਬਰੋ ਵਾਲਾ ਚੱਕਰ ਇਹ ਬਾਲਾ ਪਿੰਡ ਜਿਹਾ ਲੱਗਿਆ, ਉਦੋਂ ਨਵਾਂ ਨਵਾਂ ਆਇਆ ਸੀਗਾ, ਬਾਕੀ ਮੈਂ ਇਹ ਚੱਕਰ ਹੋ ਗਿਆ ਵੀ ਜੀ ਜਿਹਾ ਨੀ ਲੱਗਿਆ, ਮੈਂ ਵਾਪਸ ਫਿਰ ਬ੍ਰਾਂਪਟਨ ਹੀ ਆ ਗਿਆ ਸੀਗਾ। ਓਕੇ, ਬ੍ਰਾਂਪਟਨ ਫਿਰ ਕੋਈ ਕਾਲਜ ਚੇਂਜ ਕਰਤਾ ਸੀ? ਨਾ, ਉਦੋਂ ਮੈਨੂੰ ਸੀਗਾ ਵੀ ਮੈਨੂੰ ਇੱਥੇ ਨਾਲ ਇੱਕ ਮੇਰੇ ਮੁੰਡਾ ਹੋਰ ਸੀਗਾ ਉਦੋਂ, ਤੇ ਉਹ ਕਹਿੰਦਾ ਵੀ ਉੱਥੇ ਆਫਰ ਲੈਟਰ ਮਿਲੀ ਜਾਂਦੀ ਆ ਬ੍ਰੈਂਪਟਨ ਜਾ ਕੇ ਵੀ, ਹੈ ਨਾ, ਆਪਣੀ ਕਹਿੰਦੀ ਕੈਨਾਡੋਰ ਦੀ ਕਹਿੰਦਾ ਸੀਗਾ, ਤੇ ਅਸੀਂ ਚੱਕ ਕੇ ਫਿਰ ਉੱਥੇ ਕਿਸੇ ਨੇ ਆਉਣਾ ਸੀਗਾ ਵਾਪਸ। ਓਕੇ ਓਕੇ, ਤੇ ਪਰ ਇੱਥੇ ਆ ਕੇ ਜਦੋਂ ਹੋਇਆ ਉੱਥੋਂ ਸਾਨੂੰ ਆਫਰ ਲੈਟਰ, ਉਹ ਕਹਿੰਦੇ ਵੀ ਮਿਲੀ ਨੀ ਹੈਗੀ, ਫਿਰ ਵੀ ਅਗਲੇ ਕਿਹੜਾ ਸੀਗਾ ਅਗਲਾ ਵੀ ਅਗਲੇ ਚ ਮਿਲੂਗੀ ਜਾ ਕੇ, ਵੀ 4 ਮਹੀਨੇ ਵੇਟ ਕਰ ਲਓ। ਫਿਰ ਅਸੀਂ ਉਹ ਛੱਡਤਾ ਸੀਗਾ ਸਮੈਸਟਰ। ਓਕੇ ਓਕੇ, ਫਿਰ ਕੈਨੇਡੋਰ ਚ ਆ ਗਏ? ਨਾ ਨਾ, ਉਹ ਕੈਨੇਡੋਰ ਦੀ ਮਿਲੀ ਨੀ ਹੈਗੀ ਆਫਰ ਲੈਟਰ, ਜਿਹੜਾ ਬੰਦਾ ਦਿੰਦਾ ਸੀ ਉਹ ਮੁੱਕਰ ਗਿਆ। ਓਕੇ ਓਕੇ, ਫਿਰ ਉਸੇ ਦੀ ਕੰਟੀਨਿਊ ਕੀਤਾ ਫਿਰ? ਨਾ ਨਾ, ਫਿਰ ਉਹ ਕਹਿੰਦਾ ਵੀ ਅਸੀਂ ਗਏ ਨੀ ਹੈਗੇ, ਜੀ ਨੀ ਲੱਗਿਆ ਉੱਥੇ, ਅਸੀਂ ਕਿਹਾ ਜਾਣ, ਤੇ ਮੈਂ ਕਿਹਾ ਬ੍ਰੈਂਪਟਨ ਲਊਂਗਾ ਵੀ ਕੈਨੇਡੋਰ ਹੀ ਲਊਂਗਾ ਵੀ, ਵੀ ਨਾਲੇ ਆਪਾਂ ਕਰਾਂਗੇ ਕੰਮ ਕੁੰਮ ਇੱਥੇ ਵੀ, ਹੈ ਨਾ, ਕੈਨੇਡੋਰ ਦੀਆਂ 2 ਦਿਨ ਹੀ ਕਲਾਸਾਂ ਆਉਂਦੀਆਂ ਸੀਗੀਆਂ, ਤੇ 4-5 ਦਿਨ ਵਿਹਲੇ ਹੁੰਦੇ, ਮੈਨੂੰ ਸੀਗਾ ਵੀ ਇਹੀ ਕੰਮ ਕੁੰਮ ਕਰਾਂਗੇ ਨਾਲੇ, ਤੇ ਵੀ ਆਹੀ ਆ ਚੱਕਰ, ਉੱਥੇ ਜੀ ਨੀ ਲੱਗਿਆ 2 ਦਿਨ, ਫਿਰ ਮੁੜੇ ਆਇਆ ਮੈਂ। ਓਕੇ ਓਕੇ ਓਕੇ, ਫਿਰ ਪੜ੍ਹਾਈ ਕਿੱਥੋਂ ਕੀਤੀ ਸਾਰੀ? ਮੈਂ ਪੜ੍ਹਾਈ ਇੱਥੇ ਕੀਤੀ ਹੈ ਯੂਨੀਵਰਸਿਟੀ ਆਫ ਮੈਨੀਟੋਬਾ ਦੀ। ਓਕੇ, ਇੱਧਰ ਵਗ ਗਿਆ? ਫਿਰ ਮੈਂ ਇੱਧਰ ਵਗ ਗਿਆ ਕਿਉਂਕਿ ਉਦੋਂ ਫਿਰ ਇੱਥੇ ਪਤਾ ਨਹੀਂ ਕਿਹੜਾ ਸੀਗਾ ਵਕੀਲ ਸੀਗਾ, ਹੁਣ ਨਾਂ ਤਾਂ ਕੀ ਲੈਣਾ, ਤੇ ਉਹ ਕਹਿੰਦਾ ਵੀ ਤੈਨੂੰ ਦਵਾ ਪੱਕਾ 100% ਕਹਿੰਦਾ ਦਵਾਉਂਗਾ ਹੀ ਦਵਾਉਂਗਾ ਇੱਥੇ ਕੈਨੇਡੋਰ। ਤੇ ਜਦੋਂ ਐਂਡ ਵਾਲਾ 10-20 ਦਿਨ ਰਹਿ ਗਏ ਸੀਗੇ ਉਹ ਅਗਲੇ ਬੈਚ ਸ਼ੁਰੂ ਹੋਣ ਵਾਲੇ, ਕਹਿੰਦਾ ਵੀ ਓਵਰਸੀਜ਼ ਜਿਹੜੇ ਆ ਗਏ ਨਾ ਸਟੂਡੈਂਟ ਵੀ ਉਹਨਾਂ ਨੂੰ ਜ਼ਿਆਦਾ ਦੇਤੀ ਆਫਰ ਲੈਟਰ, ਅਸੀਂ ਵੀ ਹੈ ਨੀ ਗਿਆ ਸੀਟਾਂ ਉਹ ਨਿਕਲਿਆ ਅੰਦਰ ਵਿੱਚੋਂ, ਪਰ ਸਮਝ ਗਿਆ ਮੈਂ। ਤੇ ਵਿਨੀਪੈਗ ਆ ਗਏ ਬਾਈ ਜੀ, ਤੇ ਫੀਸਾਂ ਫਿਰ ਇਹਨੇ ਪੁਰਾਣੀਆਂ ਉਹ ਮਰ ਗਈਆਂ ਆਪਣੀਆਂ ਲਿੰਡਸੇ ਵਾਲੀਆਂ ਜਾਂ? ਉਹ ਮਰ ਗਈਆਂ ਸੀਗੀਆਂ ਕਿਉਂਕਿ ਉੱਥੇ ਆਪਾਂ ਇਨਰੋਲ ਹੋ ਗਏ ਸੀ ਨਾ ਇੱਕ ਵਾਰ ਉਹਦੇ ਚ ਕਾਲਜ ਚ। ਓਕੇ ਓਕੇ, ਯੂਨੀਵਰਸਿਟੀ ਆਫ ਮੈਨੀਟੋਬਾ ਬਾਰੇ ਕੀ ਕਹਿਣਾ ਚਾਹੋਗੇ, ਕਿਵੇਂ ਦੀ ਆ ਯੂਨੀਵਰਸਿਟੀ ਆਫ ਮੈਨੀਟੋਬਾ? ਬਾਈ ਪੂਰੀ ਵਧੀਆ ਵਾ, ਵਧੀਆ ਸਾਰੇ ਵੀ ਪੂਰੀ ਵਧੀਆ ਪੜ੍ਹਾਈ ਆ ਨਾ, ਐਡੀ ਵੀ ਔਖੀ ਵੀ ਨਹੀਂ ਹੈਗੀ, ਬੰਦਾ ਵਧੀਆ ਕਰ ਲੈਂਦਾ, ਕਲਾਸਾਂ ਵੀ ਬਾਹਲੀਆਂ ਨਹੀਂ ਹੁੰਦੀਆਂ, ਚੱਕਰ ਵਧੀਆ। ਓਕੇ, ਵਿਨੀਪੈਗ ਦੀ ਗੱਲ ਕਰੀਏ ਆਪਣਾ ਵੀਰੇ, ਕਿਵੇਂ ਦਾ ਏਰੀਆ ਜਿੱਥੇ ਤੁਸੀਂ ਰਹਿੰਦੇ ਹੋ ਵਿਨੀਪੈਗ ਦਾ? ਵਿਨੀਪੈਗ ਹੈਗਾ ਤਾਂ ਵੀਰੇ ਥੋੜਾ ਜਿਹਾ ਫਰਕ ਆ, ਜਿਵੇਂ ਆਪਣਾ ਟੋਰਾਂਟੋ ਦੇ ਹਿਸਾਬ ਨਾਲ ਦੇਖੀਏ। ਓਕੇ ਓਕੇ, ਤੇ ਉੱਥੋਂ ਥੋੜਾ ਜਿਹਾ ਪਹਿਲਾਂ ਬੰਦੇ ਦਾ ਜੀ ਜਿਹਾ ਨਹੀਂ ਲੱਗਦਾ, ਪਰ ਜਿੱਥੇ ਆਪਣਾ ਲਿੰਕ ਬਣ ਜਾਂਦਾ ਹੌਲੀ ਹੌਲੀ, ਆਪਣੇ ਨਾਲ ਆਪਣੀ ਜਾਣ ਪਛਾਣ ਹੋ ਜਾਂਦੀ ਹੈ, ਫਿਰ ਉਹ ਵਧੀਆ ਲੱਗਣ ਲੱਗ ਜਾਂਦਾ, ਪਰ ਥੋੜਾ ਜਿਹਾ ਫਰਕ ਆ, ਉਦਾਂ ਵਧੀਆ ਵਾ ਵੀ, ਹੈ ਨਾ, ਸਾਰਾ ਕੰਮ ਕਾਰ ਵਧੀਆ ਵਾ, ਠੰਡ ਪੈਂਦੀ ਹੈ ਬਸ ਥੋੜੀ ਜ਼ਿਆਦਾ। ਓਕੇ ਓਕੇ, ਹਾਂ ਇਹ ਵੀ ਦੱਸੋ ਵੀਰੇ, ਤੁਸੀਂ ਸਾਲ ਦੀ ਪੜ੍ਹਾਈ ਕੀਤੀ ਕਿ 2 ਸਾਲਾਂ ਦੀ ਕੀਤੀ ਹੈ ਮੈਨੀਟੋਬਾ ਵਾਲੇ ਯੂਨੀਵਰਸਿਟੀ?
ਸਾਲ ਦੀ ਸਟੱਡੀ ਕੀਤੀ ਸੀ ਉਹਦੇ 'ਚ ਸੀਗਾ 3 semester ਪੂਰੇ 12 ਮਹੀਨੇ ਸੀਗਾ ਮੇਰਾ ਕੋਰਸ ਜਿਹੜਾ ਸੀਗਾ। ਓਕੇ ਓਕੇ ਤੇ ਹਾਂ ਬਿਨੀਪੈਗ 'ਚ ਕਿੰਨੇ ਸਾਲ ਦਾ ਵਰਕ ਪਰਮਿਟ ਮਿਲਿਆ? 2 ਸਾਲਾਂ ਦਾ ਫਿਰ? ਮੈਨੂੰ ਮਤਲਬ 1 ਸਾਲ ਦਾ ਕਰਕੇ ਦਾ ਮੈਨੂੰ ਸੀਗਾ ਬਈ 3 ਸਾਲਾਂ ਦਾ ਮਿਲਿਆ। ਓਕੇ 3 ਸਾਲਾਂ ਦਾ ਮਿਲਿਆ। ਬਿਨੀਪੈਗ 'ਚ ਇਹ ਵੀ ਸਿਸਟਮ ਆ ਵੀ 6 ਮਹੀਨਿਆਂ ਦੀ ਆਪਾਂ ਜੋਬ ਕਰਕੇ PR ਲੱਗਦੇ, ਹੈ ਕੁਛ ਇੱਦਾਂ ਦੀ ਸੱਚੀ ਗੱਲ? ਇਹੀ ਆ ਬਈ, ਹਾਂ ਇਹਦੀ 6 ਮਹੀਨੇ ਬਾਅਦ ਇੱਥੇ ਕਿਸੇ ਵੀ ਜੋਬ 'ਚ ਆਪਾਂ ਕੰਮ ਕਰਕੇ PNP ਲਾ ਸਕਦੇ ਹਾਂ ਤੇ ਉਸ ਤੋਂ ਬਾਅਦ ਚੱਲੀ ਜਾਂਦਾ PR ਦਾ ਪ੍ਰੋਸੈਸ ਸਾਰਾ। ਓਕੇ ਓਕੇ ਹੁਣ ਸਭ ਤੁਸੀਂ ਬਈ PR ਹੋ ਗਏ ਹਨਾ, ਵਧਾਈਆਂ ਹੋਣ ਤੁਹਾਨੂੰ ਬਹੁਤ ਤੋਂ ਪਹਿਲਾਂ ਤਾਂ। ਥੈਂਕ ਯੂ ਵੀਰੇ, ਤੁਹਾਡਾ ਬਹੁਤ ਬਹੁਤ। ਤੇ ਕਿਤੇ ਨਾ ਕਿਤੇ ਬਿਨੀਪੈਗ ਦਾ ਰੋਲ ਆ ਵੀ ਜਲਦੀ ਤੁਸੀਂ PR ਹੋਏ, ਜਿੱਦਾਂ ਕਾਹਦੇ ਚਲਾਈ ਸੀ, PNP ਚਲਾਈ ਸੀ ਕਿ ਐਕਸਪ੍ਰੈਸ ਲਾਈ ਸੀ ਫਿਰ? ਬਈ ਆਹ PNP ਲਾ ਕੇ ਫੈਡਰਲ ਲੱਗਦੀ ਆ। ਓਕੇ ਓਕੇ ਤੇ PR ਬੰਦਾ ਹੋ ਜਾਂਦਾ, ਜਲਦੀ ਹੋ ਜਾਂਦਾ ਬਿਨੀਪੈਗ ਮੈਂ ਸੁਣਿਆ ਹਨਾ। ਬੀ ਹਾਂ, ਇੱਥੇ 1 ਸਾਲ ਦੀ ਪੜ੍ਹਾਈ ਤੋਂ ਬਾਅਦ 1.5 ਸਾਲ ਲੱਗਦਾ ਬਾਅਦ ਚੋਂ, ਵੱਧ ਤੋਂ ਵੱਧ ਉਹਦੇ ਵਿੱਚ ਮਤਲਬ ਉਹੀ 3 ਸਾਲਾਂ ਦੇ ਵਿੱਚ PR ਹੋ ਜਾਂਦੀ ਆ। ਸਟੂਡੈਂਟਾਂ ਨੂੰ ਕਹੋਗੇ ਵੀ ਇਧਰ ਆਉਣ ਨੂੰ ਜੇ ਕੋਈ ਆਉਂਦਾ ਹੋਵੇ ਬਾਈ? ਮੈਂ ਤਾਂ ਬਈ ਪਹਿਲਾਂ ਵੀਡੀਓ 'ਚ ਵੀ ਮੈਂ 2-3 ਵੀਡੀਓ ਬਣਾਤੀਆਂ ਵੀ ਪੂਰੀਆਂ ਠੋਕ ਕੇ ਮੈਂ ਬਣਾਈਆਂ ਨੇ ਉਹ, ਓਕੇ ਤੇ ਓਕੇ ਆਪਾਂ ਪੂਰਾ ਦੱਸਿਆ ਹੋਇਆ ਵੀ 1 ਸਾਲ ਦਾ ਤੁਸੀਂ ਇਹਨਾਂ ਵੀ ਕੋਰਸ ਤੁਹਾਨੂੰ 1 ਸਾਲ ਦਾ ਹੀ ਕਰਨਾ ਪੈਣਾ ਦੇਖੋ। ਤੇ ਆਪਾਂ ਨੂੰ ਜੇ ਹੁਣ ਆਪਾਂ ਅੰਟਾਰੀਓ ਜਾਂਦੇ ਹਾਂ ਇੱਥੇ ਆਪਣੀਆਂ ਲੱਗਦੀਆਂ 4 ਫੀਸਾਂ ਹਨਾ, ਉਹ ਓਕੇ ਓਕੇ 21,000 ਡਾਲਰ ਲੱਗ ਜਾਂਦੇ ਮਤਲਬ ਟੋਟਲੀ ਆਪਾਂ ਜੇ ਖਰਚਾ ਦੇਖੀਏ ਇੱਥੇ ਤੁਹਾਡੇ 12-15,000 ਡਾਲਰ ਲੱਗਦੇ ਆ ਸਾਲ 'ਚ, ਤੇ ਨਾ ਕੋਈ ਸਟਰਗਲ ਕਰਨੀ ਪੈਂਦੀ ਆ ਉਰੇ, ਜਮਾ ਹੀ ਨਹੀਂ ਕਰਨੀ ਪੈਂਦੀ, ਨਾ ਟੈਨਸ਼ਨ ਹੁੰਦੀ ਆ ਕਿਉਂਕਿ ਫੀਸ ਵੀ ਨਹੀਂ ਜੋੜਨੀ ਹੈਗੀ ਆਪਾਂ, ਤੈਨੂੰ ਪਤਾ ਹੀ ਇੱਥੇ ਫੀਸ ਕੇ ਜੋੜਦੇ ਜੋੜਦੇ ਬਈ ਆਪਣੀ ਨਾ ਸਾਰੀ ਉਹ ਆਪਣਾ ਦਿਨ ਲੰਘ ਜਾਂਦੇ ਨਾ ਵੀ ਸਾਰਾ ਸ਼ਿਫਟਾਂ ਲਾ ਲੀਆਂ, ਆਹੀ ਕੋਈ ਕਰਦਾ ਰਹਿੰਦਾ ਬੰਦਾ, ਉਤੋਂ ਪੜ੍ਹਾਈ ਹੋ ਜਾਂਦੀ ਆ। ਇੱਥੇ ਬਿਲਕੁਲ ਘੰਟੇ ਕੰਮ ਕਰ ਲਓ ਤੇ ਬਸ ਉਹੀ ਆ ਵੀ ਆਪਾਂ ਫੀਸ ਕੋਈ ਜੋੜਨੀ ਨਹੀਂ ਹੁੰਦੀ, ਤੋ ਤੇ ਨਾਲੇ ਆਪਾਂ ਨੂੰ ਪਤਾ ਹੁੰਦਾ ਵੀ ਆਪਣੀ ਉਹ PR ਵੀ ਗਾਂਹ ਜਾ ਕੇ ਵਧੀਆ ਲੱਗ ਜਾਣੀ ਆ, ਕੋਈ ਵੀ ਮਤਲਬ ਜੋਬ ਆਪਾਂ ਨੂੰ ਉਹ ਜੀ ਚਾਹੀਦੀ ਨਹੀਂ ਹੁੰਦੀ ਅੱਗੇ ਜਾ ਕੇ ਕਿਸੇ ਓਕੇ ਜੋਬ ਓਕੇ ਲੱਗਦੇ ਆ। ਹਾਂ ਓਕੇ ਓਕੇ ਬਾਕੀ ਹੁਣ ਵੀਰੇ ਆਪਾਂ ਗੱਲ ਕਰਾਂਗੇ ਤੁਹਾਡੇ ਯੂਟਿਊਬ ਚੈਨਲ ਤੇ, ਜਿੱਥੇ ਬਾਈ ਨੇ ਵੀਡੀਓ ਪਾਈਆਂ ਨੇ ਬਿਨੀਪੈਗ ਦੇ ਲਾਇਸੈਂਸ ਬਾਰੇ, ਬਿਨੀਪੈਗ ਦੀ ਜੋਬਸ ਬਾਰੇ। ਤੇ ਵੀਰੇ ਹਾਂ, ਪਹਿਲਾਂ ਉਹ ਤੋਂ ਮੂਵ ਹੋਣ ਤੋਂ ਪਹਿਲਾਂ ਆਪਾਂ ਇੱਕ ਪੁੱਛਾਂ, ਅੱਜ ਕੱਲ੍ਹ ਕੀ ਕਰਦੇ ਹੋ ਨਾਲ, ਟਰੱਕ ਦੀ ਜੋਬ ਕਰਦੇ ਹੋ ਕੀ ਕਰਦੇ ਹੋ? ਮੈਂ ਬਈ ਹਾਂ ਸਿਟੀ 'ਚ ਟਰੱਕ ਚਲਾਉਂਦਾ ਬਈ ਮੈਂ। ਓਕੇ ਓਕੇ ਠੀਕ ਆ ਠੀਕ ਆ। ਚਲੋ ਹੁਣ ਬਾਈ ਯੂਟਿਊਬ ਚੈਨਲ ਤੇ ਮੂਵ ਹੋਣੇ, ਅੱਜ ਤੋਂ ਬਾਈ ਦਾ 1 ਸਾਲ ਪਹਿਲਾਂ ਮੈਨੂੰ ਮੈਸੇਜ ਆਇਆ ਸੀ ਵੀਡੀਓ ਸ਼ੇਅਰ ਕਰਨ ਨੂੰ, T.Punjab ਕਰਕੇ ਇਹਨਾਂ ਦਾ ਯੂਟਿਊਬ ਚੈਨਲ ਆ। ਬਾਈ ਨੇ ਪੂਰੀ ਵਧੀਆ ਸਪੋਰਟ ਕਰੀ ਆਪਣੀ, ਬਹੁਤ ਵਾਰ ਕਰੀ, ਮਾਰਲਿੰਗ ਪੰਪ ਖੜ ਜਾ ਪੰਪ ਨਹੀਂ ਦਿੰਦਾ ਬਾਈ ਮੈਂ ਉਹ ਬੰਦੇ ਦੇ, ਬਾਈ ਨਾਲ ਗੱਲਬਾਤ ਸਾਡੀ ਹੋ ਜਾਂਦੀ ਹੈ ਵੈਸੇ ਫੋਨ ਤੇ, ਅਸੀਂ ਗੱਲਾਂ ਬਾਤਾਂ ਕਰ ਦਿੰਦੇ ਬਹੁਤੇ। ਵੀਰ ਨਾ ਮੈਨੂੰ ਪਿਛਲੇ ਦਿਨਾਂ 'ਚ ਬੜੀਆਂ ਕਹਿ ਰਹੇ ਨੇ, ਕਹਿੰਦੇ ਵੀਰ ਨਾਲ ਵੀਡੀਓ ਬਣਾ, ਵੀਰ ਨਾਲ ਵੀਡੀਓ ਬਣਾ, ਮੈਂ ਕਹਿੰਦੇ ਤੁਸੀਂ ਜਾਣਦੇ ਨੂੰ, ਮੈਂ ਕਿਹਾ ਮੈਂ ਕਾਹਨੂੰ ਜਾਣਦਾ, ਮੈਨੂੰ ਵੀ ਆਇਆ ਸੀ ਕਹਿੰਦੇ ਵੀ ਅਸੀਂ ਉਹ ਬਾਈ ਨੂੰ ਕਿਹਾ ਮੈਸੇਜ ਕਰਕੇ, ਮੈਂ ਕਿਹਾ ਕੋਈ ਨਹੀਂ ਬਾਈ ਨੇ ਕੀਤਾ ਹੋਇਆ ਆਪਣਾ ਵੈਸੇ ਤਾਂ ਤੇ। ਨਹੀਂ ਤੇ ਹਾਂ ਬਾਈ ਦੇ ਸ਼ੁਰੂ ਦੇ ਵਿੱਚ ਬਲੌਗ ਆਏ, ਟਰੈਵਲਿੰਗ ਬਲੌਗ ਵੀ ਆਏ ਨੇ, ਤੇ ਬਾਕੀ ਬਿਨੀਪੈਗ ਵਧੀਆ ਗੱਲ ਆ, ਬਿਨੀਪੈਗ ਬਾਰੇ ਕਾਫੀ ਗੱਲਾਂ ਕਵਰ ਕੀਤੀਆਂ ਨੇ, ਅਕਸਰ ਮੈਨੂੰ ਲੋੜ ਹੁੰਦੀ ਹੈ ਜਦੋਂ ਲਾਇਸੈਂਸ ਬਾਰੇ, ਮੈਂ ਬਾਈ ਤੋਂ ਵੀਡੀਓ ਵੀ ਮੰਗੀ ਸੀ ਨਾ। ਹਾਂ ਹੁਣ ਬਾਈ ਚੈਨਲ ਤੇ ਆਉਂਦੇ, ਕਦੋਂ ਬਣਾਇਆ ਸੀ ਚੈਨਲ ਤੇ ਕਿਉਂ ਬਣਾਇਆ ਸੀ ਚੈਨਲ? ਬਾਈ ਮੈਂ ਬਣਾਇਆ ਸੀਗਾ ਅਹੀ ਮਤਲਬ ਹੋਣ ਵਾਲਾ ਇਸ ਸਾਲ ਕੇ ਥੋੜੇ ਕਦਮ ਸਾਲ ਹੋ ਗਿਆ ਨਾ ਬਈ ਹੈ ਨਾ। ਓਕੇ ਤਾਂ ਹੁੰਦਾ ਸੀਗਾ ਬਲੌਗ ਦੇਖ ਲਏ ਜਿਵੇਂ ਆਪਣੇ ਹੋ ਗਏ, ਇੱਕ ਤਾਂ ਉਹ ਮਿਸਟਰ ਬੀਸ ਦੇਖਦਾ ਹੁੰਦਾ ਸੀਗਾ ਤੇ ਓਕੇ ਓਕੇ ਮਿਸਟਰ ਬੀਸ, ਇੱਕ ਜਾਨਮਾਲ ਹੋ ਗਿਆ ਆਪਣੇ ਬਾਈ ਹੈ ਨਾ, ਓਕੇ ਵਧੀਆ ਓਕੇ ਹੁਣ ਦਾ ਵੀ ਜਾ। ਬਾਕੀ ਮੈਂ ਟਰੱਕ ਵਾਲੇ ਦੇਖ ਲੈਂਦਾ ਸੀ ਬਾਈ ਤੈਨੂੰ ਹੁੰਦੇ ਸੀਗੇ ਤੇ ਹੋਰ ਆਪਣੇ ਆਪਣੇ ਟਰੈਕਿੰਗ ਵਾਲੇ ਬਲੌਗ ਹੁੰਦੇ ਸੀਗੇ ਤੇ ਮੈਨੂੰ ਐ ਸੀਗਾ ਆਪਾਂ ਤਾਂ ਵੀ ਜਾਣੀ ਰਹਿੰਦੇ ਆ ਨਵੀਂ ਨਵੀਂ ਜਗ੍ਹਾ ਤੇ ਵੀ ਦਿਖਾਵਾਂਗੇ, ਸੋ ਤਾਂ ਕਰਕੇ ਮੈਂ ਵਧੀਆ ਚੱਲ ਪਹਿਲੀ ਵੀਡੀਓ ਵਧੀਆ ਚੱਲ ਗਈ ਸੀਗੀ, ਸੋ ਮੈਂ ਕਿਹਾ ਵੀ ਚੱਲ ਬਣਾ ਲਾਂਗੇ ਹੁਣ ਹੈ ਨਾ ਆਪਾਂ। ਓਕੇ 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 ਚਲੋ ਵਧੀਆ ਗੱਲ ਆ ਵੀਰੇ। ਉਹ ਤੋਂ ਬਾਅਦ ਫਿਰ ਕਿਵੇਂ ਗਰੋ ਕੀਤਾ ਚੈਨਲ, ਰਿਸਪੌਂਸ ਕਿੰਨਾ ਕੁ ਮਿਲਿਆ ਲੋਕਾਂ ਦਾ? ਪਹਿਲਾਂ ਪਹਿਲਾਂ ਬਈ ਵਧੀਆ ਚੱਲ ਪਿਆ ਸੀਗਾ, ਫਿਰ ਮੈਂ ਵਿੱਚ ਥੋੜਾ ਜਿਹਾ ਘਟ ਗਿਆ ਸੀਗਾ ਜਦੋਂ ਮੈਂ ਇੱਥੇ ਓਕੇ ਓਕੇ ਐ ਵੀ ਨਹੀਂ ਪੈਗ ਆਇਆ ਹਨਾ, ਪਹਿਲਾਂ ਮੈਂ ਉਧਰ ਨੂੰ ਚੱਲ ਤੇ ਫਿਰ ਥੋੜਾ ਜਿਹਾ ਰੁੱਕ ਕੇ ਚੱਲ ਹੁਣ ਵਧੀਆ ਚੱਲੀ ਜਾਂਦਾ। ਹਾਂ ਜੇ ਚਲੋ ਬੰਦਾ ਚਲੋ ਬਾਈ ਵੀਡੀਓ ਅਪਲੋਡ ਕਰਦੇ ਰਹੋ ਤੇ ਹਾਂ ਸਾਡੀਆਂ ਵੀ ਸਪੋਰਟ ਤੁਹਾਨੂੰ ਬਾਈ ਫੁੱਲ ਆ, ਤੇ ਬਾਕੀ ਲੇਟੈਸਟ ਵੀਡੀਓ ਬਾਈ ਨੇ ਤੁਸੀਂ ਇਥੋਂ ਦੇ ਲਾਇਸੈਂਸ ਬਾਰੇ ਤੇ PR ਵੇਲੇ ਸਾਰਾ ਕੁਝ ਦੱਸਿਆ ਨਾ ਬਿਨੀਪੈਗ ਬਾਰੇ ਪੂਰਾ ਠੋਕ ਕੇ? ਹਾਂ ਹਾਂ ਬਈ ਆਪਣੀਆਂ ਪਾਈਆਂ ਹੋਈਆਂ 2-3 ਵੀਡੀਓ ਵਿੱਚ ਵੀ ਸਾਰਾ PR ਵਾਲਾ ਦੱਸਿਆ ਵੀ 1 ਸਾਲ ਦੀ ਸਟੱਡੀ ਦੱਸੀ ਆ ਵੀ ਉਹ 'ਚ ਇਨਫ ਹੈਗੀ ਆ ਉਹਦੇ PR ਦੇ ਲਈ, ਤੇ ਬਾਕੀ PR ਦੇ ਰੂਲ ਦੱਸੇ ਹੋਏ ਨੇ ਵਿੱਚ, ਲਾਇਸੈਂਸ ਵਾਲਾ ਵੀ ਹੈਗੀ ਆ ਵਿੱਚ ਵੀਡੀਓ ਹਨਾ ਸਾਰੀਆਂ ਟਰੱਕ ਵਾਲੀਆਂ ਸਾਰੀਆਂ ਵੀ ਹਨਾ। ਓਕੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇਊਂਗਾ ਵੀਰ ਦੇ ਚੈਨਲ ਦਾ ਤੇ ਮੈਂ ਇੰਸਟਾਗ੍ਰam ਦਾ ਵੀ ਲਿੰਕ ਦੇਊਂਗਾ। ਇੱਕ ਲਾਸਟ ਕੁਐਸਚਨ ਬਾਈ, ਆਪਾਂ ਮੂਵ ਫਿਰ ਬੰਦ ਕਰਾਂਗੇ ਅੱਜ ਦੀ ਵੀਡੀਓ, ਆਪਾਂ ਇਹ ਪੁੱਛਣਾ ਚਾਹੁੰਦੇ ਜਿਹੜਾ ਤੁਹਾਡੇ ਨਾਲ ਧੋਖਾ ਹੋਇਆ, ਜਿਵੇਂ ਆਪਾਂ ਵਕੀਲਾਂ ਦੇ ਹਰ ਇਲਾਕੇ ਜਾਂ ਤੁਸੀਂ ਕਾਲਜ ਇੰਡੀਆ ਤੋਂ ਲਿੰਡਸੇ ਲੈ ਕੇ ਆ ਗਏ, ਤੁਹਾਨੂੰ ਲੱਗਦਾ ਵੀ ਨਵੇਂ ਸਟੂਡੈਂਟ ਤੁਸੀਂ ਕਹੋ ਵੀ ਹਾਂ ਪਹਿਲੇ ਡਿਸਾਈਡ ਕਰੋ ਆਪਦੀ ਚੀਜ਼ਾਂ ਜਾਂ ਕਿਸੇ ਵਕੀਲ ਦੇ ਭਰੋਸੇ ਨਾ ਰਹੋ? ਉਹੀ ਗੱਲ ਆ, ਮੈਂ ਤਾਂ ਆਪ ਕਹਿੰਦਾ ਵੀ ਪਹਿਲਾਂ ਇੱਕ ਚੀਜ਼ ਸੋਚ ਕੇ ਆਓ ਤੁਸੀਂ ਵੀ ਕਿਹੜੀ ਪ੍ਰੋਵਿੰਸ 'ਚ ਜਾਣਾ ਹਨਾ। ਇਹ ਦੇਖੋ ਤੁਸੀਂ ਇਹ ਚਾਹੁੰਦੇ ਹੋ ਵੀ PR ਈਜ਼ੀ ਲੈਣੀ ਆ ਕਿ ਔਖੇ ਹੋ ਕੇ ਲੈਣੀ ਆ ਹਨਾ, ਪਹਿਲਾਂ ਹੀ ਆਪਦੀ ਉਹੀ ਜਿਹੀ ਪ੍ਰੋਵਿੰਸ 'ਚ
ਓਕੇ ਥੋੜਾ ਜਿਹਾ ਐਂ ਹੁੰਦਾ ਵੀ ਬੰਦੇ ਨੂੰ ਹੁੰਦਾ ਵੀ ਜਿਵੇਂ ਹੋ ਗਿਆ ਮੈਨੀਟੋਬਾ ਪ੍ਰੋਵਿੰਸ ਆ ਵੀ ਇੱਥੇ ਰਹਿਣ ਨੂੰ ਔਖਾ ਹੋ ਜਾਂਦਾ ਉੱਥੋਂ ਕਈ ਜਾਣੇ ਇੱਧਰੋਂ ਕਹਿ ਹੈ ਨਾ ਵੀ ਉਹੀ ਆ ਵੀ ਮੈਨੀਟੋਬਾ ਜਿਵੇਂ ਉੱਧਰ ਆਪਾਂ ਨੂੰ ਇੱਧਰੋਂ ਵੀ ਕਈ ਕਹਿ ਜਾਂਦੇ ਵੀ ਉੱਥੇ ਜੀ ਨਹੀਂ ਲੱਗਦਾ ਨਾ ਕਈ ਇੱਧਰੋਂ ਵੀ ਮੂਵ ਨਹੀਂ ਹੁੰਦੇ ਜਿਵੇਂ ਅੰਟਾਰੀਓ 'ਚ ਹੋ ਗਏ ਨਾ ਉਹਨਾਂ ਨੂੰ ਐਂ ਆ ਵੀ ਉੱਥੇ ਹਾਂਜੀ ਲੱਗਦਾ ਪਰ ਮੈਂ ਦੋ ਖੁਦ ਵੀ ਗਲਤੀ ਕੀਤੀ ਆ ਬਹੁਤ ਵੱਡੀ ਸਹੁੰ ਲੱਗੇ। ਹਾਂ ਮੈਂ ਤਾਂ ਆਪ ਕਹਿੰਦਾ ਮੈਂ ਵੀ ਮੇਰਾ ਵੀ ਨਹੀਂ ਜੀ ਕਰਦਾ ਹੁੰਦਾ ਪਹਿਲਾਂ ਮੈਂ ਪੁੱਛਦਾ ਹੁੰਦਾ ਸੀਗਾ ਵੀ ਇਹ ਨਾ ਮੈਂ ਮੂਵ ਹੋਵਾਂ ਬਹੁਤ ਮੈਂ ਦਿਮਾਗ ਲਾਇਆ ਵਾ ਮਹੀਨਾ ਬਹਿ ਕੇ ਲਾਇਆ ਵੀ ਮੈਂ ਜਾਵਾਂ ਕਿ ਨਾ ਜਾਵਾਂ ਤੇ ਫਿਰ ਮੈਨੂੰ ਚੱਲ ਨਾ ਵੀ ਜਿਹੜੇ ਰੈਨੋਵੇਸ਼ਨ ਮੁੰਡੇ ਨਾਲ ਕੰਮ ਕਰਦੇ ਹੁੰਦੇ ਜੀ ਉਹਨਾਂ ਨੇ ਕਿਹਾ ਵੀ ਬਹੁਤ ਔਖਾ ਹੁੰਦਾ ਕਿਉਂਕਿ ਵਕੀਲਾਂ ਨੂੰ ਪੈਸੇ ਦਿੰਦੇ ਸੀ ਬਾਈ ਉੱਥੇ ਆਪਣੇ ਅੰਟਾਰੀਓ 'ਚ ਕੰਮ ਕਰਦੀ ਬਰੈਂਪਟਨ ਹੈ ਨਾ ਸੋ ਮੈਂ ਕਿਹਾ ਵੀ ਚੱਲ ਮੂਵ ਹੋ ਜਾਵਾਂਗੇ ਵਧੀਆ ਰਹਿੰਦਾ ਬਾਈ ਇੱਥੇ ਆ ਕੇ ਨਾ ਵੀ 2-3 ਸਾਲ ਜੇ ਆਪਾਂ ਔਖੇ ਹੋ ਕੇ ਲੰਘ ਜਾਣਗੇ ਵੀ ਕੋਈ ਚੱਕਰ ਨਹੀਂ ਬਾਅਦ 'ਚ ਆਪਾਂ ਪੀ ਆਰ ਲੈ ਕੇ ਮੂਵ ਹੋ ਸਕਦੇ ਹਾਂ ਨਾ ਵੀ ਜਿੱਥੇ ਵੀ ਰਹਿਣਾ ਆਪਾਂ ਹਾਂਜੀ ਆਪਣੀ ਹਾਂਜੀ ਤੋ ਜੋ ਪੀ ਆਰ ਜਿਹੜੀ ਆਪਾਂ ਨੂੰ ਬੜੀ ਈਜ਼ੀ ਮਿਲ ਜਾਂਦੀ ਹੈ ਤੁਹਾਨੂੰ ਪਤਾ ਹੀ ਆ ਵੀ ਨਹੀਂ ਆਪਣੇ ਵਕੀਲਾਂ 'ਚ ਬੰਦਾ ਧੱਕੇ ਖਾਈ ਜਾਂਦਾ ਇੱਥੇ ਫਿਰ ਵੀ ਔਖੀ ਮਿਲਦੀ ਆ ਐਟ ਦੀ ਐਂਡ ਤੈਨੂੰ ਪਤਾ ਹੀ ਆ ਵੀ 80-90% ਅੱਜ ਕੱਲ੍ਹ ਮੂਵ ਹੁੰਦੇ ਹੀ ਹੁੰਦੇ ਆ ਸਾਰੇ ਹੈ ਨਾ ਬਿਲਕੁਲ ਵੀਰੇ ਬਿਲਕੁਲ। ਹਾਂ ਤੇ ਚਲੋ ਬਾਈ ਸਾਰੇ ਜਿੰਨੇ ਸਟੂਡੈਂਟ ਵੀਰ ਦੇਖਦੇ ਨੇ ਬਹੁਤੇ ਲਿੰਡਸੇ ਬਾਰੇ ਪੁੱਛਦੇ ਆ ਉਹ ਬਾਈ ਨੇ ਦੱਸਦਾ ਵੀ ਇਲਾਕਾ ਜੀ ਨਹੀਂ ਲੱਗਣ ਵਾਲਾ ਹੈਗਾ ਤੇ ਬਾਕੀ ਯੂਨੀਵਰਸਿਟੀ ਆਫ ਮੈਨੀਟੋਬਾ ਬੜੀਆ ਹਨਾ ਵਧੀਆ ਤੁਸੀਂ ਉੱਥੇ ਕਰ ਸਕਦੇ ਬਾਕੀ ਵੀਰੇ ਜਿਹੜੀਆਂ ਗੱਲਾਂ ਬਾਈ ਨੇ ਕਹੀਆਂ ਨੇ ਉਹ ਵੀ ਪੱਲੇ ਬੰਨ ਕੇ ਆਇਓ ਕਿਉਂਕਿ ਗਲਤੀਆਂ ਮੈਂ ਵੀ ਬਹੁਤ ਕੀਤੀਆਂ ਹੋਈਆਂ ਚਲੋ ਅੱਜ ਤਾਂ ਪੀ ਆਰ ਪੂ ਆਰ ਲਾ ਲਾਂਗੇ ਵਕੀਲਾਂ ਨੂੰ ਪੈਸੇ ਖਵਾ ਤੇ ਵਧੇਰਿਆਂ ਨੂੰ ਪਰ ਤੁਸੀਂ ਨਾ ਗਲਤੀ ਕਰੋ ਠੀਕ ਆ ਅਗਲੀ ਵੀਡੀਓ ਵੀਰ ਨਾਲ ਲੈ ਕੇ ਆਵਾਂਗੇ ਆਪਾਂ ਜਲਦੀ ਪ੍ਰੋਵਿੰਸ ਵਰਸਸ ਪ੍ਰੋਵਿੰਸ ਵੀ ਅੰਟਾਰੀਓ ਤੇ ਵਿਨੀਪੈਗ ਜਿਹੜਾ ਆਪਣਾ ਮੈਨੀਟੋਬਾ ਮੈਨੀਟੋਬਾ 'ਚ ਕਿੰਨਾ ਕੁ ਫਰਕ ਆ ਕਿੰਨਾ ਕੁ ਪੇ ਰੇਟ ਦਾ ਫਰਕ ਆ ਕਿੰਨੀ ਕੁ ਮਹਿੰਗਾਈ ਜ਼ਿਆਦਾ ਹੈ ਹਨਾ ਇਹ ਗੱਲਬਾਤ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਠੀਕ ਆ ਵੀਰੇ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਠੀਕ ਆ ਜੀ ਓਕੇ ਓਕੇ ਵੀਰੇ ਅਗਲੀ ਓਕੇ ਹਾਂਜੀ ਓਕੇ ਜੀ ਓਕੇ।